विधानसभा ਚੋਣਾਂ ਦੇ ਵਿੱਚ ਕੁਝ ਹੀ ਘੰਟੇ ਬਚੇ ਨੇ ਪਰ ਰਾਜਨੀਤਿਕ ਪਾਰਟੀਆਂ ਨੇ ਆਪਣੇ ਵੱਲੋਂ ਪੂਰਾ ਜੋਰ ਇਹਨਾਂ ਚੋਣਾਂ ਨੂੰ ਲੈ ਕੇ ਲਗਾਇਆ ਹੋਇਆ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀ ਸਿੰਘ ਬਾਦਲ ਦੇ ਵੱਲੋਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਗਿਆ ਕਿ ਚਾਰ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ ਪਰ ਅਕਾਲੀ ਦਲ ਨੇ ਹਮੇਸ਼ਾ ਡਟ ਕੇ ਪੰਜਾਬ ਦੀ ਲੜਾਈ ਲੜੀ ਹੈ। ਪੰਜਾਬ ਦੇ ਵਿੱਚ ਜੋ ਵੀ ਵਿਕਾਸ ਹੋਇਆ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਹੈ। ਹਰ ਇੱਕ ਵਰਗ ਨੂੰ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸੁਖੂਲਤਾ ਮਿਲਿਏ ਨੇ। ਵਿਰੋਧੀ ਪਾਰਟੀਆਂ ਨੂੰ ਘੇਰਦੇ ਹ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਪੰਜਾਬ ਦੀਆਂ ਮੁਸ਼ਕਲਾਂ ਦਾ ਪਤਾ ਨਹੀਂ ਹੈ ਇਹਨਾਂ ਦੀ ਸੋਚ ਆਪਸੀ ਸਾਂਝ ਨੂੰ ਬਰਕਰਾਰ ਰੱਖਣਾ ਨਹੀਂ ਹੈ ਪਰ ਅਕਾਲੀ ਦਲ ਪੰਜਾਬ ਦੀ ਸਾਂਝ ਨੂੰ ਹਮੇਸ਼ਾ ਬਰਕਰਾਰ ਰੱਖੇਗੀ ਚਾਰ ਪਾਰਟੀਆਂ ਮੈਦਾਨ ਚਾਏ ਤਿੰਨ ਬਾਹਰ ਲੀਆਂ ਇੱਕ ਥੋੜੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਖਾਲੀ ਦਲ ਦਾ 100 ਸਾਲ ਦਾ ਇਤਿਹਾਸ ਹੈ 100 ਸਾਲ ਉਹਨਾਂ ਨੇ ਪੰਜਾਬੀਆਂ ਵਾਸਤੇ ਖਾਲਸਾ ਪੰਥ ਵਾਸਤੇ ਲੜਾਈਆਂ ਲੜੀਆਂ ਤੇ ਜਦੋਂ ਜਦੋਂ ਪੰਜਾਬ ਨੂੰ ਕੋਈ ਮੁਸ਼ਕਲ ਆਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਤੇ ਵਰਕਰਾਂ ਨੇ ਡਟ ਕੇ ਲੜਾਈ ਲੜੀ ਹੈ ਪੰਜਾਬ ਦੇ ਵਿੱਚ ਜਿੰਨੀ ਡਵੈਲਪਮੈਂਟ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਅਕਾਲੀ ਦਲ ਦੀ ਸਰਕਾਰ ਜਿੰਨੀਆਂ ਵੀ ਸਹੂਲਤਾਂ ਗਰੀਬ ਨੂੰ ਮਿਲੀਆਂ ਹੈ ਵਪਾਰੀ ਨੂੰ ਮਿਲੀਆਂ ਹੈ ਕਿਸਾਨ ਨੂੰ ਮਿਲੀਆਂ ਹੈ ਉਦੋਂ ਹੀ ਮਿਲੀਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਸੋਚ ਅਮਨ ਸ਼ਾਂਤੀ ਪਾਈਚਾਰਿਕ ਸਾਂਝ ਹੈ ਦੂਜੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਤਿੰਨੇ ਉਹ ਵਾਰਦੀਆਂ ਉਹਨਾਂ ਨੂੰ ਪੰਜਾਬੀਆਂ ਦੀ ਕੋਈ ਮੁਸ਼ਕਲ ਪਤਾ ਨਹੀਂ ਪੰਜਾਬ ਇੱਕ ਬਾਰਡਰ ਸਟੇਟ ਹੈ ਐਨਾਸ ਪਾਰਟੀਆਂ ਦੀ ਸੋਚ ਪਾਈਚਾਰਿਕ ਸਾਂਝ ਨਹੀਂ ਹੈ ਭਰਾਵਾਂ ਨੂੰ ਇਕੱਠਾ ਲਕਣਾ ਨਹੀਂ ਆਹ ਪਾਰਟੀਆਂ ਕੋਸ਼ਿਸ਼ ਕਰਦੀਆਂ ਕਿ ਭਰਾਵਾਂ ਨੂੰ ਵੰਡਣ ਦੀਆਂ ਜਿਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਹੋ ਸਕਦਾ ਹੈ ਤਾਂ ਇਸ ਕਰਕੇ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸਾਡੇ ਵਾਸਤੇ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਹੈ ਪੰਜਾਬ ਤੋਂ ਬਾਤ ਸਾਡਾ ਅਸੀਂ ਦੇਖਦੇ ਵੀ ਨਹੀਂ ਅਸੀਂ ਹਰ ਲੜਾਈ ਪੰਜਾਬੀਆਂ ਦੀ ਲੜਦੇ ਆ ਇਸ ਕਰਕੇ ਪੰਜਾਬ ਨੂੰ ਇਕੱਠਾ ਰੱਖੀਏ ਪੰਜਾਬ ਵਿੱਚ ਪਾਈਚਾਰ ਇੱਕ ਸਾਂਝ ਰੱਖੀਏ ਪੰਜਾਬੀਅਤ ਨੂੰ ਤਗੜਾ ਕਰੀਏ ਖਾਲਸਾ ਪੰਥ ਦੀ ਨੁਮਾਇੰਦ ਜਥੇਬੰਦੀ ਨੂੰ ਤਗੜਾ ਰੱਖੀਏ ਆਈ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਨ ਵਾਸਤੇ ਆਇਆ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਆਪਣੀ ਪਾਰਟੀ ਆਪਣੀ ਮਾਂ ਪਾਰਟੀ ਆਪਣੀ ਨਵੇਂ ਦਾ ਜਥੇਬੰਦੀ ਨੂੰ ਜਿਤਾਉਂਗੇ ਭਾਰੀ ਮੋਹੰਮਦ ਜਿਤਾਉਂਗੇ ਇੱਕ ਆਪਣੀ ਸਰਕਾਰ ਬਣਾਓਗੇ ਜਿਹੜੀ ਪੰਜਾਬ ਨੂੰ ਅਗਲੇ 5 ਸਾਲ ਬਹੁਤ ਅੱਗੇ ਲੈ ਕੇ ਜਾਏ ਵਾਇਰੂਜੀ ਕਾ ਖਾਲਸਾ ਵਾਇਰੂਜੀ ਕੀ ਫਤਿਹ